ਇਹ ਆਉਂਦੇ ਜੀ ਥੋੜ੍ਹਾ ਸਾਣ ਪਾਉਂਦੀ ਹਾਂ ਮੈਂ, ਇਹਨੇ ਆਪ ਹੀ ਪਾਇਆ ਆਉਂਦੀ ਕੁੜੀ ਦੇ ਪਿਓ ਹੈਗਾ ਜੀ, ਠੀਕ ਹੈ ਜੀ, ਅਸੀਂ ਇਹ ਆਉਂਦੀ ਮੇਰੀ ਜ਼ਿੰਮੇਵਾਰੀ ਹੈ, ਠੀਕ ਹੈ, ਅਸੀਂ ਆਖਿਆ ਚਲੋ ਜੀ ਠੀਕ ਹੈ ਪਿੰਡ ਦਾ ਮਸਲਾ ਅਸੀਂ ਜ਼ਿੰਮੇਵਾਰੀ, ਇਹ ਆਉਂਦੀ ਮੇਰੀ ਜ਼ਿੰਮੇਵਾਰੀ, ਅਸੀਂ ਚੱਲ ਠੀਕ ਹੈ ਜੀ, ਇਹਨੇ ਸ਼ਗਨ ਪਾਤਾ ਮੈਨੂੰ, ਮੈਨੂੰ ਆਉਂਦੀ 4 ਤਰੀਕ ਦੀ ਤੇਰੀ ਬਰਾਤ ਆ, ਠੀਕ ਹੈ, 20 ਪੋਹ ਦਾ ਆਨੰਦ ਤੋਂ ਵੱਧ ਹੋਈ ਮੈਂ ਜੀ, ਠੀਕ ਹੈ ਜੀ, ਇਹਨੇ ਮੁੜ ਕੇ ਅਸੀਂ ਫੋਨ ਲਾਈ ਗਏ ਤੜਕੇ, ਇਹ ਕਹਿੰਦੀ ਵੀ ਮੈਂ 10,000 ਰੁਪਈਆ ਲੈ ਕੇ ਜਾਊਂ ਜੀ, ਠੀਕ ਹੈ ਜੀ, 10,000 ਰੁਪਈਆ ਦੇ ਦਾ 8 ਵਜੇ ਨੂੰ, ਕਹਿੰਦੀ ਮੈਂ ਜਾਂਦੀ ਹਾਂ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਂਦੀ ਹਾਂ, ਜਾ ਕੇ ਇਹਨੇ ਅਸੀਂ ਫੋਨ ਲਾਇਆ, ਕਹਿੰਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ, 2:30 ਵਜੇ ਫੋਨ ਲਾਇਆ, ਉਦੋਂ ਬਾਅਦ ਇਹਨੇ ਫੋਨ ਨਹੀਂ ਚੱਕਿਆ ਗਾ, ਘਰ ਆ ਕੇ ਕਹਿੰਦੀ ਕਿ ਕੁੜੀ ਭੱਜ ਗਈ, ਮੁੜ ਕੇ ਅਸੀਂ ਕਿਹਾ ਫਿਰ ਇੱਕ ਵਾਰੀ ਪੁੱਛ ਲਾ, ਉਹ ਕਹਿੰਦੀ ਕੁੜੀ ਦਾ ਭਰਾ ਮਰ ਗਿਆ ਜੀ, ਹੁਣ ਅਸੀਂ ਮਜ਼ਦੂਰੀ ਕਰਨ ਵਾਲੇ, ਮੇਰਾ ਪਿਓ ਵੀ ਮਜ਼ਦੂਰੀ ਕਰਦਾ, ਮੈਂ ਵੀ ਕਰਦਾ ਜੀ, ਅਸੀਂ ਗਰੀਬ ਬੰਦੇ ਹਾਂ ਜੀ, ਸਾਡਾ 3-4 ਲੱਖ ਰੁਪਈਆ ਖਰਚਾ ਆ, ਸਾਨੂੰ ਇਹ ਗੱਲ ਦਾ ਇਨਸਾਫ ਦਿੱਤਾ ਹੈ, ਇਹਨੇ ਕਿੰਨੇ ਪੈਸੇ ਲਏ ਸੀ ਤੁਹਾਡੇ? ਇਹਨੇ ਸਾਡੇ ਤੋਂ 50,000 ਰੁਪਈਆ ਲਿਆ ਸੀ। ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੁਸੀਂ? ਹਾਂਜੀ। ਮੇਰੇ ਇਹ ਰਿਸ਼ਤੇਦਾਰ ਆ ਵੀਰ ਜੀ, ਇਹ ਮੇਰੇ ਸਾਲਾ ਸਾਹਿਬ, ਮੇਰੇ ਮਾਮਾ ਜੀ ਆ, ਅਤੇ ਇਹਨਾਂ ਨੇ ਵੀਰ ਜੀ ਇੱਥੇ ਆਪਣਾ ਵਿਚੋਲਣ ਨੇ, ਇਹਨਾਂ ਨੂੰ ਧੋਖਾਧੜੀ ਕੀਤੀ ਹੈ, ਵਿਚੋਲਣ ਨੇ ਪੂਰੀ 420 ਕੀਤੀ ਹੈ ਜੀ ਇਹਨਾਂ ਨਾਲ, ਪੈਸਾ ਇਹਨਾਂ ਤੋਂ 50,000 ਰੁਪਈਆ ਪਹਿਲਾਂ ਲੈ ਚੁੱਕੀ ਹੈ, ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ, ਉਹ 10,000 ਰੁਪਈਆ ਫਿਰ ਲੈ ਕੇ ਉੱਥੋਂ ਕੁੜੀ ਵਾਲਿਆਂ ਦੇ ਘਰ ਗਈ, ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ, ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੱਕਿਆ, ਅਤੇ ਫਿਰ ਉਹ ਆ ਕੇ ਜੀ ਘਰ ਆ ਕੇ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ, ਸਾਡੇ ਘਰ ਨਹੀਂ ਆਈ ਅਜੇ, ਘਰ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ, ਅਸੀਂ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਇੱਦਾਂ ਨਾ ਕਰੋ, ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਆ ਪਿੰਡ ਦੇ ਵਿੱਚ, ਵੀ ਸਾਡਾ ਕੋਈ ਹੱਲ ਕਰੋ, ਅਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੇ ਹੋਰ ਟਰਾਈ ਕਰਦੀ ਹਾਂ, ਟਰਾਈ ਕੀ ਕਰਨੀ ਸੀ, ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਧੋਖਾਧੜੀ ਵਿੱਚ ਉਹ ਸਾਡੇ ਤੋਂ 50,000 ਰੁਪਈਆ ਵੀ ਲੈ ਗਈ ਹੈ, ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਈਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਹਾਂ ਇਦੋਂ ਪਹਿਲਾਂ, ਅਤੇ ਇਹ ਗਰੀਬ ਬੰਦਾ ਸਿਰ ਹੀ ਲੱਗਦਾ ਵਿਚਾਰਾ, ਇਹਦੀ ਮਦਦ ਸਾਨੂੰ ਇਨਸਾਫ ਚਾਹੀਦਾ, ਇਹਦੀ ਮਦਦ ਕੀਤੀ ਜਾਵੇ ਪੂਰੀ ਡੱਟ ਕੇ। ਹੌਲਾ ਕੀ ਹੈ ਜੀ, ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ, ਰਿਸ਼ਤਾ ਕਰਾਇਆ ਨੇ ਅਤੇ ਇਹਨੇ ਆਪਣਾ 50,000 ਰੁਪਈਆ ਲਵਾਤਾ, ਇਹਨੇ ਆਪ ਲੈ ਲਿਆ, ਠੀਕ ਹੈ, 50,000 ਲੈ ਕੇ ਮੈਨੂੰ ਆਉਂਦੀ ਵੀ ਕੋਈ ਚੱਕਰ ਨਹੀਂ ਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂ ਗਾ, ਅਤੇ ਮਾਂ ਹੈਗੀ ਹੈ, ਠੀਕ ਹੈ, ਅਤੇ ਆਉਂਦੀ ਅਸੀਂ ਵੀ ਮੈਂ ਆਪੇ ਸਗਨ ਪਾਊਂਗੀ, ਸਾਰਾ ਕੁਛ ਮੈਂ ਆਪੇ ਕਰੂੰਗੀ, ਕੋਈ ਟੈਨਸ਼ਨ ਨਹੀਂ ਗੀ, ਆਹ ਵੇਖ ਲਓ 50,000 ਰੁਪਈਆ ਲੈ ਗਈ ਆ, ਸਬਜ਼ੀਆਂ ਪਈਆਂ ਸਾਰਾ ਕੁਛ ਪਿਆ, ਅਤੇ ਆਹ ਟੈਂਟ ਲੱਗਿਆ ਪਿਆ, ਇਹਦਾ ਖਰਚਾ ਵੇਖ ਲਓ, ਡੀ ਵਾਲਿਆਂ ਦੇ ਖਰਚੇ ਵੇਖ ਲਓ। ਕੀ ਇਹਨੇ ਕਿਹਾ ਕੀ ਸੁਣੋ ਉਸ ਤੋਂ ਬਾਅਦ ਬਰਾਤ ਨੂੰ ਜਦੋਂ ਬਰਾਤ ਲੈ ਕੇ ਜਾਣਾ? ਬਰਾਤ ਲੈ ਕੇ ਜਾਣਾ ਸੀ, ਕਹਿੰਦੀ 10,000 ਰੁਪਈਆ ਹੋਰ ਦੇ ਮੈਨੂੰ। ਫਿਰ ਉਸ ਤੋਂ ਬਾਅਦ ਕੀ ਕੀਤਾ? ਬਰਾਤ ਜੋ 10,000 ਰੁਪਈਆ ਦਿੱਤਾ ਤੁਸੀਂ? 10,000 ਰੁਪਈਆ ਦਿੱਤਾ ਸੀ, ਅਸੀਂ ਇਹਨੂੰ 2:30 ਵਜੇ ਤੱਕ ਡਿੱਕਿਆ, ਨਹੀਂ ਆਈਗੀ, ਮੈਂ ਕਿਹਾ ਬਰਾਤਾਂ ਨੂੰ ਕਹਿੰਦੀਆਂ ਤਾਂ ਮੁੜਨ ਵਾਲੀਆਂ, ਅਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਗੀ ਵੀ, ਅਤੇ ਇਹਨੇ ਫੋਨ ਬੰਦ ਕਰ ਲਿਆ। ਓਕੇ, ਫੋਨ ਬੰਦ ਕਰ ਲਿਆ, ਅਤੇ ਉਦੋਂ ਬਾਅਦ ਇਹ ਨੌਂ ਸੀ ਪੁੱਤ ਸੀਗਾ ਉਹ ਇੱਥੋਂ ਭੱਜ ਗਈ, ਇੱਕ ਬੰਦਾ ਗਿਆ ਕਾਨੂੰਨੀ ਰੱਖਿਆ ਇਹਨੇ। ਕੀ ਕਿਹਾ ਇਹਨਾਂ ਨੇ? ਕਿਹਾ ਕਿ ਤੁਹਾਨੂੰ ਬਰਾਤ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ? ਇਹ ਆਉਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਆ ਜੀ, ਉੱਥੇ ਜਾ ਕੇ 10,000 ਰੁਪਈਆ ਲੈ ਗਏ। ਓਕੇ, ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਮੈਸੇਜ ਕੀ ਦਿੱਤਾ ਤੁਹਾਨੂੰ ਵੀ ਰਾਤ ਆਊਗੀ ਲੈ ਕੇ ਆਓ ਜਾਂ ਨਹੀਂ? ਇਹ ਆਉਂਦੀ ਵੀ ਪਹਿਲਾਂ ਤਾਂ ਆਉਂਦੀ ਸੀ ਵੀ ਕੁੜੀ ਭੱਜ ਗਈ, ਫਿਰ ਆਉਂਦੀ ਮਰਗੂਗੀ। ਮੰਗ ਕੀ ਕਰਦੇ? ਮੰਗ ਕੀ ਕਰਦੇ ਸਾਡੇ ਮਿਸਾਲ ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ, ਰੁਪਈਆ 3-4 ਲੱਖ ਰੁਪਈਆ ਲਾਈ ਬੈਠਾ ਮੈਂ, ਸਾਨੂੰ ਇਨਸਾਫ ਚਾਹੀਦਾ ਜੀ, ਇਹ ਚੀਜ਼ ਦਾ।